ਸਨਮਾਨਯੋਗ ਗੁਰੂ ਕੀ ਸਾਜੀ ਹੋਈ ਗੁਰੂ ਪਿਆਰੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਬਾਦੋਂ ਦੀ ਸੰਗਰਾਂਦ ਦਾ ਦਿਹਾੜਾ ਹੈ ਸੰਗਰਾਂਦ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਪਾਤਸ਼ਾਹ ਜੀ ਨੇ ਜੋ ਉਪਦੇਸ਼ ਸਾਨੂੰ ਦਿੱਤੇ ਆ ਉਹ ਆਪ ਜੀ ਹੁਣ ਸਰਵਣ ਕਰੋ ਜੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਭਾਦੋਏ ਭਰਮ ਭੁਧਾਨੀਆਂ ਦੂਜੇ ਲੱਗਾ ਲਖ 시ਗਾਰ ਬਣਾਇਆ ਕਾਰਜ ਨਾਹੀਂ ਕੀਤ ਭਾਦੋਂ ਦੇ ਮਹੀਨੇ ਦਾ ਜੋ ਨਾਮ ਰੱਖਿਆ ਗਿਆ ਹੈ ਬੜੀ ਹੀ ਵਿਗਿਆਨਕ ਇਹਦੇ ਵਿੱਚ ਇੱਕ ਰਮਜ਼ ਛੁਪੀ ਹੋਈ ਆ ਭਾਦੋਂ ਨੂੰ ਜਦੋਂ ਆਪਾਂ ਤੋੜ ਕੇ ਪੜਦੇ ਹਾਂ ਦੋ ਭਾਏ ਦੇ ਅਰਥਾ ਭਾਦੋਂ ਨੂੰ ਜਦੋਂ ਤੋੜ ਕੇ ਪੜੀਏ ਤੇ ਦੇ ਅਰਥ ਸਪਸ਼ਟ ਹੁੰਦੇ ਆ ਦੋ ਪਾ ਖਿੰ ਖਿੰ ਦੇ ਵਿੱਚ ਵਰਖਾ ਇੱਕ ਖਿੰ ਦੇ ਵਿੱਚ ਧੁੱਪ ਕਦੇ ਠੰਡ ਹੋ ਜਾਣੀ ਕਦੇ ਗਰਮੀ ਹੋ ਜਾਣੀ ਕਦੇ ਜੋਰ ਦਾ ਵੱਟ ਪੈ ਜਾਣਾ ਕਦੇ ਠੰਡੀ ਪਵਨ ਚੱਲ ਪੈਣੀ ਇੱਕੋ ਹੀ ਮਹੀਨੇ ਵਿੱਚ ਦੋ ਤਰ੍ਹਾਂ ਦੇ ਪਾ ਇਹ ਦੋ ਵਿਪਰੀਤ ਹਾਲਾਤਾਂ ਗੁਰੂ ਪਿਆਰਿਓ ਭਾਦੋਂ ਦੇ ਮਹੀਨੇ ਵਿੱਚ ਵਾਪਰਦੀਆਂ ਇਸ ਵਾਸਤੇ ਇਹ ਮਹੀਨੇ ਦਾ ਜਿਹੜਾ ਨਾਮ ਹੈ ਉਹ ਬੜਾ ਸੁੰਦਰ ਰੱਖਿਆ ਗਿਆ ਹੈ। ਭਾਦੋਂ ਦੇ ਮਹੀਨੇ ਦਾ ਉਪਦੇਸ਼ ਕਰਦੇ ਹੋਏ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਦੋਏ ਭਰਮ ਭੁਲਾਣੀਆਂ ਦੂਜੈ ਲੱਗਾ ਹੇਤ ਆ ਜੀਵ ਇਸਤਰੀ ਭਰਮ ਦੇ ਵਿੱਚ ਪੈ ਗਈ ਆ। ਪ੍ਰਮਾਤਮਾ ਦੇ ਨਾਲ ਪ੍ਰੇਮ ਪਾਉਣਾ ਸੀਗਾ। ਪਰ ਰੱਬ ਨੂੰ ਛੱਡ ਕੇ ਹੋਰਾਂ ਚੀਜ਼ਾਂ ਨਾਲ ਪ੍ਰੇਮ ਪੈਦਾ ਹੋ ਗਿਆ ਇਹਦਾ ਵਿਪਰੀਤ ਦਿਸ਼ਾਵਾਂ ਦੇ ਵੱਲ ਉਹਨੀਆਂ ਮਾਨਸਿਕ ਦਿਸ਼ਾਵਾਂ ਵੀ ਜਾ ਰਹੀਆਂ ਹਨ ਦੋ ਪਾਸੇ ਦੀ ਖਿੱਚ ਦੋ ਪਾਸੇ ਦੀ ਧਾਵਨਾ ਛੈਨ ਦੇ ਵਿੱਚ ਬੰਦਾ ਸ਼ਾਂਤਮਈ ਛੈਨ ਦੇ ਵਿੱਚ ਬੰਦਾ ਕ੍ਰੋਧਿਤ ਅਕਸਰ ਦੇਖਣ ਵਿੱਚ ਆਇਆ ਵੀ ਬਹੁਤੇ ਬੰਦੇ ਭਾਦੋਂ ਦੇ ਮਹੀਨੇ ਵਰਗੇ ਹੁੰਦੇ ਆ ਕਦੇ ਤਾਂ ਠੰਡੇ ਹੋ ਜਾਂਦੇ ਆ ਤੇ ਕਦੇ ਬਿਲਕੁਲ ਸਖਤ ਤੇ ਕਠੋਰ ਦਿਖਾਈ ਦਿੰਦੇ ਆ ਕਦੇ ਬਹੁਤ ਮਿਲਨਸਾਰ ਹੁੰਦੇ ਆ ਕਦੇ ਈਰਣਾ ਨਫ਼ਰਤ ਦੇ ਨਾਲ ਭਰੇ ਹੁੰਦੇ ਆ ਐਵੇਂ ਗੁਰੂ ਪਿਆਰਿਓ ਇਹ ਭਰਮ ਐਸਾ ਬੰਦੇ ਨੂੰ ਪੈ ਜਾਂਦਾ ਗੁਰੂ ਸਾਹਿਬ ਜੀ ਕਹਿੰਦੇ ਕਿ ਸਾਰੀ ਜ਼ਿੰਦਗੀ ਭਰਮਾਂ ਵਿੱਚ ਨਿਕਲ ਜਾਂਦੀ ਹੈ ਬੰਦੇ ਦੀਆਂ ਅੱਖਾਂ ਲੋੜ ਨਾਲੋਂ ਵੱਧ ਪਰਦਿਆਂ ਨਾਲ ਕੱਜੀਆਂ ਹੋਈਆਂ ਜੋ ਬੰਦਾ ਵੇਖਦਾ ਇੱਕ ਪਰਦਾ ਹੀ ਆ ਇਵੇਂ ਹੀ ਬੰਦੇ ਦੇ ਕੰਨ ਲੋੜ ਤੋਂ ਵੱਧ ਪਰਦਿਆਂ ਨਾਲ ਠਗੇ ਹੋਏ ਆ ਕੱਜੇ ਹੋਏ ਆ ਜੋ ਸੁਣਦਾ ਇੱਕ ਪਰਦਾ ਹੀ ਆ ਭਰਮ ਤਾਂ ਬੰਦੇ ਨੂੰ ਇੰਨੇ ਪੈ ਜਾਂਦੇ ਆ ਮਾਦਵੇ ਕਿਆ ਕਹੀ ਹੈ ਭ੍ਰਮ ਐਸਾ ਜੈਸਾ ਮੰਨਿਆ ਹੋਏ ਨਾ ਤੈਸਾ ਰਸਤੇ ਵਿੱਚ ਪਈ ਹੋਈ ਰੱਸੀ ਸੱਪ ਦਿਖਦੀ ਆ ਪਰ ਸੱਪ ਤਾਂ ਨਹੀਂ ਹੁੰਦੀ ਇਹ ਵੀ ਇੱਕ ਭਰਮ ਹੀ ਆ ਦੁਨੀਆ ਵਿੱਚ ਜਿੰਨੇ ਵੀ ਪਦਾਰਥ ਸਾਨੂੰ ਰਸਾਂ ਵਾਲੇ ਦਿਖਾਈ ਦਿੰਦੇ ਆ ਜਿਨ੍ਹਾਂ 'ਚ ਸੁੱਖ ਦਿਖਦਾ ਪਰ ਹੁੰਦਾ ਨਹੀਂ ਅਸਲ ਵਿੱਚ ਇਹ ਲੋੜਾਂ ਦੀ ਪੂਰਤੀ ਹੁੰਦੀ ਆ ਸੁੱਖ ਤਾਂ ਕੇਵਲ ਪ੍ਰਭੂ ਦੇ ਨਾਮ ਦੇ ਵਿੱਚ ਹੀ ਆ ਇਹ ਕੇਵਲ ਤੇ ਕੇਵਲ ਸਰੀਰ ਦੀਆਂ ਲੋੜਾਂ ਪੂਰੀਆਂ ਕਰ ਦਿੰਦੇ ਆ ਪਰ ਸੁੱਖ ਨਹੀਂ ਦੇ ਸਕਦੇ ਆਨੰਦ ਨਹੀਂ ਦੇ ਸਕਦੇ ਲੋੜਾਂ ਦਾ ਪੂਰਾ ਹੋ ਜਾਣਾ ਕੁਝ ਹੋਰ ਗੱਲ ਹੁੰਦੀ ਆ ਆਨੰਦ ਪ੍ਰਾਪਤ ਹੋ ਜਾਣਾ ਇਹ ਹੋਰ ਗੱਲ ਹੁੰਦੀ ਆ ਲਖ ਸੀਗਾਰ ਬਣਾਇਆ ਅਗਲੀ ਪੰਕਤੀ ਹੈ ਕਾਰਜ ਨਾਹੀ ਕੇਤ ਲੱਖਾਂ ਤਰ੍ਹਾਂ ਦੇ ਧਾਰਮਿਕ ਅਡੰਬਰ ਵੀ ਕਰ ਲਏ ਸੰਗਰਾਦ ਪੁੰਨਿਆ ਮਸਿਆ ਵੀ ਮਨਾਲੀ ਆ ਤੀਰਥਾਂ ਦਾ ਵੀ ਰਟਨ ਕੀਤਾ ਤਰ੍ਹਾਂ ਤਰ੍ਹਾਂ ਦੇ ਧਾਰਮਿਕ ਚਿੰਨ ਵੀ ਧਾਰਨ ਕੀਤੇ ਆ ਪਰ ਅੰਦਰ ਭਰਮ ਹੈ ਅੰਦਰ ਦੋ ਭਾਅ ਚੱਲਦੇ ਆ ਗੁਰੂ ਤੇ ਸ਼ੱਕ ਵੀ ਆ ਗੁਰੂ ਤੇ ਭਰੋਸਾ ਵੀ ਆ ਇਹੋ ਜਿਹਾ ਕੰਮ ਜਿਹੜਾ ਬੰਦੇ ਦਾ ਸਿਰੇ ਨਹੀਂ ਚੜ ਸਕਦਾ ਜੀ ਨੂੰ ਸ਼ੱਕ ਵੀ ਆ ਤੇ ਸ਼ਰਧਾ ਵੀ ਸ਼ਰਦਾ ਟੁੱਟ ਜਾਂਦੀ ਆ ਫਿਰ ਸ਼ੱਕ ਕਰਦਾ ਐਵੇਂ ਗੁਰੂ ਪਿਆਰਿਓ ਪ੍ਰਭੂ ਮਿਲਣਾ ਨਸੀਬ ਨਹੀਂ ਹੋ ਰਿਆ ਸਾਰੇ ਸ਼ਿੰਗਾਰ ਕੀਤੇ ਵਿਅਰਥਾ ਮਾਠ ਗੁਦਾਈ ਪੱਟੀਆਂ ਭਰੀਏ ਮਾਗ ਸੰਧੂਰੇ ਅੱਗੇ ਗਈ ਨਾ ਮੰਨੀਆਂ ਮਰੋ ਵਿਸੂਰਬ ਸੂਰੇ ਜਿਹੜੀ ਇਸਤਰੀ ਨੇ ਸ਼ਿੰਗਾਰ ਕੀਤਾ ਹੋਵੇ 16 ਤਰ੍ਹਾਂ ਦੇ ਸ਼ਿੰਗਾਰ ਕੀਤੇ ਹੁਣ ਪਰ ਪਤੀ ਨਾ ਹੋਵੇ ਕੀ ਫਾਇਦਾ ਇਸ ਕਰਕੇ ਤੇ ਜੇ ਇਹ ਬਾਵਾ ਵਾਹਿਗੁਰੂ ਪਰਮੇਸ਼ਰ ਦੇ ਹੱਥ ਜਿਹੜੇ ਆ ਪਿਆਰ ਵਿੱਚ ਆ ਕੇ ਕੁਝ ਕਰਦੇ ਨਹੀਂ ਫਿਰ ਇੰਨਾ ਵਿੱਚ ਗੁਰੂ ਦੇ ਕਕਾਰ ਧਾਰਨ ਕਰਨ ਦਾ ਕੀ ਫਾਇਦਾ ਸਤਿਗੁਰੂ ਇੱਥੇ ਪ੍ਰਮਾਣ ਕਰਦੇ ਆ ਧਾਰਮਿਕ ਸ਼ਿੰਗਾਰ ਕੀਤਾ ਪ੍ਰਭੂ ਦੀ ਪ੍ਰਸ਼ੰਸਾ ਲਈ ਧਾਰਮਿਕ ਚਿੰਨ ਧਾਰਮਿਕ ਸ਼ਿੰਗਾਰ ਧਾਰਮਿਕ ਰੂਪ ਰੇਖਾ ਪਰ ਅੰਦਰ ਦਿਲ ਚ ਰੱਬ ਦੀ ਯਾਦ ਨਹੀਂ ਹੈਗੀ ਫਿਰ ਕਾਹਦਾ ਫਾਇਦਾ ਰੱਬ ਦੇ ਰਾਹ ਤੇ ਚੱਲਣ ਲਈ ਦੋ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਆ ਦਿਲ ਚੋ ਦੀ ਯਾਦ ਦੂਜੀ ਚੀਜ਼ ਬੁੱਲਾ ਤੇ ਉਹਦਾ ਸਿਮਰਨ ਹੋਵੇ ਜਿਤ ਦਿਨ ਦੇਹ ਬਿਨ ਸਸੀ ਤਿਤ ਵੇੜੈ ਕੈ ਸਨ ਪ੍ਰੇਤ ਜਦੋਂ ਸੋਹਣੀ ਦੇ ਜਿਹਨੂੰ ਹਰ ਵਕਤ ਸ਼ਿੰਗਾਰਿਆ ਸੀਗਾ ਸਵਾਰਿਆ ਸੀਗਾ ਬੰਦਾ ਪਿਆਰ ਕਰਦਾ ਸੀ ਸਾਹ-ਸਾਂਹ ਰੱਖਦਾ ਸੀ ਤਾਂ ਉਹ ਪ੍ਰਾਣ ਪੰਖੇਰੂ ਜਦੋਂ ਉੱਡ ਜਾਂਦੇ ਆ ਤਾਂ ਘਰ ਦੇ ਕਹਿੰਦੇ ਕੱਡੋ ਵਾਰ ਇਹਨੂੰ ਕੱਡੋ ਵਾਰ ਜਲਦੀ ਕੱਡੋ ਵਾਰ ਕਦੋਂ ਇਹਦਾ ਸਸਕਾਰ ਆ ਸਾਰੇ ਆ ਕੇ ਪੁੱਛਦੇ ਆ ਤਾਂ ਇਹ ਰੀਤ ਇਹ ਪ੍ਰੀਤ ਦੁਨੀਆ ਦੀ ਜਗਤ ਮੈਂ ਝੂਠੀ ਦੇਖੀ ਪ੍ਰੀਤ ਹੈ ਪਕੜ ਚ ਲਾਇਨ ਦੂਤ ਜਮ ਕਿਸੇ ਨਾ ਦੇਨੀ ਪੇਤ ਅੱਗੇ ਰੂਹ ਕਿੱਧਰ ਗਈ ਪ੍ਰਾਣਿਆਂ ਨਾਲੋਂ ਨਾਤਾ ਟੁੱਟ ਗਿਆ ਰੂਹ ਕਿੱਧਰ ਆਈ ਕਿੱਧਰ ਚਲੀ ਗਈ ਕੋਈ ਪਤਾ ਨਹੀਂ ਲੱਗਿਆ ਕਿਸੇ ਨੂੰ ਨਵੇਂ ਸਬੰਧ ਜੁੜਨਗੇ ਅਗਲੇ ਜਨਮ 'ਚ ਹੋਣਾ ਪੁਰਾਣੇ ਸਬੰਧ ਟੁੱਟ ਗਏ ਆ ਕਿਹੜੇ ਗਰਭ ਵਿੱਚ ਚਲੀ ਗਈ ਰੂਹ ਕੋਈ ਪਤਾ ਨਹੀਂ ਕਿਸੇ ਨੂੰ ਕੋਈ ਸਮਝ ਨਹੀਂ ਦੁੱਖ ਕੀ ਆ ਬਸ ਵਿਛੋੜਾ ਹੋ ਗਿਆ ਦੇਹ ਵਿਛੜ ਗਈ ਇਹਨਾਂ ਕੀ ਪਤਾ ਵੀ ਦੇਹ ਵਿਛੜ ਗਈ ਛੱਡ ਖੜੋਤੇ ਖਿਨਾ ਮਾਹੇ ਜਿਨ ਸਿਓ ਲੱਗਾ ਹੇਤ ਜਿਨ੍ਹਾਂ ਦਾ ਬੜਾ ਸਨੇਹ ਸੀਗਾ ਜਿਨ੍ਹਾਂ ਤੋਂ ਸਦਕੇ ਜਾਣ ਨੂੰ ਕੁਰਬਾਨ ਹੋਣ ਨੂੰ ਜੀ ਕਰਦਾ ਸੀ ਇੱਕ ਛਣ ਦੇ ਵਿੱਚ ਸਾਥ ਛੱਡ ਕੇ ਸਾਡਾ ਸਿਰਫ ਸ਼ਮਸ਼ਾਨ ਘਾਟ ਤੱਕ ਗਏ ਆ ਤਨਹਾਈ ਹੀ ਛੋੜ ਕੇ ਚਲੇ ਆਏ ਸਬੰਧ ਟੁੱਟ ਗਏ ਸਾਬ ਜੀ ਕਹਿੰਦੇ ਆ ਹੱਥ ਮਰੋੜੈ ਤਨ ਕਪੇ ਸਿਆਉ ਹੋਆ ਸੇਤ ਜਦੋਂ ਪ੍ਰਾਣ ਨਿਕਲਦੇ ਆ ਨਾ ਧਾਰਮਿਕ ਵਿਦਵਾਨ ਕਹਿੰਦੇ ਬੰਦੇ ਦੇ ਆਖਰੀ ਸਾਤ ਧੁੰਨੀ ਚ ਹੁੰਦੇ ਆ ਨਾਭੀ ਚ ਹੁੰਦੇ ਆ ਦਰਅਸਲ ਆਵਾਜ਼ ਵੀ ਇੱਥੋਂ ਹੀ ਨਿਕਲਦੀ ਆ ਜਦੋਂ ਧੁੰਨੀ ਤੋਂ ਆਵਾਜ਼ ਉੱਠਦੀ ਹੈ ਇਹਨੂੰ ਕਹਿੰਦੇ ਆ ਪ੍ਰਾ ਬਾਣੀ ਜਦੋਂ ਹਿਰਦੇ ਤੱਕ ਪਹੁੰਚਦੀ ਆ ਇਹਨੂੰ ਕਹਿੰਦੇ ਪਸੰਤੀ ਜਦੋਂ ਇਹ ਕੰਠ ਤੱਕ ਪਹੁੰਚੀ ਆਵਾਜ਼ ਇਹਨੂੰ ਕਹਿੰਦੇ ਮਦਮ ਤੇ ਜਦੋਂ ਬਿਆਨ ਕਰਤੀ ਮੂੰਹ ਚੋਂ ਬੋਲ ਦਿੱਤੀ ਇਹਨੂੰ ਕਹਿੰਦੇ ਵਿਖਾਰੀ ਤਾਂ ਇਹ ਜੋ ਜ਼ੁਬਾਨ ਬੋਲ ਰਹੀ ਆ ਪਹਿਲਾਂ ਨਾਭੀ ਤੋਂ ਉੱਠਦੀ ਆ ਧੁੰਨੀ ਦਾ ਮਤਲਬ ਹੀ ਇਹ ਆ ਵੀ ਧੁਨ ਯਾਨੀ ਆਵਾਜ਼ ਪਹਿਲਾਂ ਇੱਥੋਂ ਨਿਕਲਦੀ ਆ ਜਦੋਂ ਅਸੀਂ ਬੋਲਦੇ ਹਾਂ ਇਹ ਨਾਭੀ ਅੱਧੀ ਖੁੱਲਦੀ ਆ ਧੁੰਨੀ ਪੂਰੀ ਨਹੀਂ ਖੁੱਲਦੀ ਇਹ ਧੁੰਨੀ ਪੂਰੀ ਖੁੱਲ ਜਾਂਦੀ ਆ ਜਦੋਂ ਅੰਦਰੋਂ ਅਠੇ ਪੈਰ ਅਨਹਦ ਨਾਦ ਦੀ ਧੁਨੀ ਚੱਲ ਪਵੇ ਉਹ ਬੰਦਾ ਫਿਰ ਪ੍ਰਮਾਤਮਾ ਨੂੰ ਸੁਣਦਾ ਜਿੰਨਾ ਵੀ ਬੋਲਦਾ ਉਹਨੂੰ ਇਹ ਮਹਿਸੂਸ ਹੁੰਦਾ ਵੀ ਹੁਣ ਮੈਂ ਨਹੀਂ ਜੋ ਕੁਝ ਹੈ ਪ੍ਰਮਾਤਮਾ ਹੀ ਪ੍ਰਮਾਤਮਾ ਜਿਵੇਂ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਕਹਿੰਦੇ ਨੇ ਹਉ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਉ ਜੀ ਮੈਂ ਤਾਂ ਉਹਦੇ ਹੁਕਮ ਦੇ ਵਿੱਚ ਭਾਈ ਕੁਝ ਕਹਿ ਰਿਆਂ ਉਹੀ ਬੋਲ ਰਿਹਾ ਮੈਂ ਕਿੱਥੇ ਬੋਲਦਾ ਇਸ ਗੱਲ ਦਾ ਸਬੂਤ ਹੈ ਕਿ ਧੁੰਨੀ ਪੂਰਨ ਰੂਪ ਵਿੱਚ ਖੁੱਲ ਗਈ ਇੱਕ ਹੋਰ ਅਵਸਥਾ ਹੈ ਜਦੋਂ ਨਾਭੀ ਪੂਰੀ ਦੀ ਪੂਰੀ ਖੁੱਲਦੀ ਆ ਉਹ ਜਦੋਂ ਆਖਰੀ ਸਾਹ ਨਿਕਲਦੇ ਆ ਬੰਦੇ ਦੇ ਪ੍ਰਾਣ ਪੈਰਾਂ 'ਚ ਨਿਕਲ ਗਏ ਅੱਖਾਂ 'ਚੋਂ ਨਿਕਲ ਗਏ ਕੰਨਾਂ 'ਚ ਨਿਕਲ ਗਏ ਸਰੀਰ ਵਿੱਚੋਂ ਨਿਕਲ ਗਏ ਆਖਰੀ ਪ੍ਰਾਣ ਜੋ ਧੁੰਨੀ 'ਚ ਹੁੰਦਾ ਉਸੇ ਦਾ ਵਾਰ-ਵਾਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ਼ਾਰਾ ਹੈ ਆਜ ਕਾਲ ਖੁੱਲੇ ਤੇਰੀ ਗਾਂਠਲੀ ਭਾਈ ਅੱਜ ਨਹੀਂ ਤਾਂ ਕੱਲ ਤੇਰੀ ਨਾਭੀ ਦੀ ਗੰਡ ਖੁੱਲਣ ਵਾਲੀ ਆ ਮੌਤ ਇਹੋ ਜੀ ਚੋਟ ਆ ਮੌਤ ਦੀ ਕਚਹਿਰੀ ਵਿੱਚੋਂ ਕੋਈ ਬਰੀ ਨਹੀਂ ਹੋਇਆ ਜਿੱਦੀ ਨਾਭੀ ਖੋਲਦੀ ਆ ਸਿਮਰਨ ਦੀ ਚੋਟ ਜਦੋਂ ਸਿਗਰ ਤੇ ਪਹੁੰਚਦੀ ਆ ਉਦੋਂ ਵੀ ਇਹ ਧੁੰਨੀ ਨਾਭੀ ਖੁੱਲ ਜਾਂਦੀ ਆ ਉਸ ਵਕਤ ਵੀ ਇੱਕ ਮੌਤ ਹੁੰਦੀ ਆ ਉਹ ਹੁੰਦੀ ਮਨ ਦੀ ਮੌਤ ਜਦੋਂ ਮਨ ਮਰਦਾ ਤਨ ਜਿੰਦਾ ਰਹਿ ਜਾਂਦਾ ਉਦੋਂ ਮਨੁੱਖ ਦੀ ਜ਼ਿੰਦਗੀ ਈਸ਼ਰਵੀਮਈ ਹੋ ਜਾਂਦੀ ਆ ਈਸ਼ਵਰ ਮਈ ਹੋ ਜਾਂਦੀ ਆ ਅઠੇ ਪੈਰੋ ਦੇ ਅੰਦਰ ਧੁਨੀ ਚੱਲ ਰਹੀ ਆ ਪ੍ਰਮਾਤਮਾ ਦਾ ਨਾਮ ਅੰਦਰ ਵੱਜ ਰਿਹਾ ਅਨਹਦ ਬਾਜੇ ਉਹਨੂੰ ਸੁਣਾਈ ਦਿੰਦੇ ਆ ਤਾਂ ਗੁਰੂ ਪਿਆਰਿਓ ਤਾਂ ਐਸੀ ਹਾਲਤ ਨੂੰ ਵੇਖ ਕੇ ਕਈ ਵਾਰ ਘਰ ਵਾਲੇ ਘਾਬਰ ਵੀ ਜਾਂਦੇ ਆ ਘਬਰਾ ਕੇ ਕਹਿੰਦੇ ਬੰਦਾ ਪਾਗਲ ਤਾਂ ਨਹੀਂ ਹੋ ਗਿਆ ਕਿਤੇ ਕਿਤੇ ਨੂੰ ਬੁਖਾਰ ਤਾਂ ਨਹੀਂ ਉਹ ਚੜ ਗਿਆ ਜਿਹੜਾ ਭੂਤਾਂ ਪ੍ਰੇਤਾਂ ਵਾਲਾ ਆਮ ਹਾਲਤ ਵਿੱਚ ਹੁੰਦਾ ਨਬਜ ਠੀਕ ਚੱਲ ਰਹੀ ਹੁੰਦੀ ਆ ਸਰੀਰ ਦੀ ਸਾਰੀ ਕਰਿਆ ਠੀਕ ਚੱਲ ਰਹੀ ਹੁੰਦੀ ਆ ਪਰ ਕੰਬਣੀ ਛੱਡ ਜਾਂਦੀ ਆ ਹੱਥ ਮਰੋੜ ਐ ਤਨ ਕਪੇ ਸਿਆਉ ਹੋਆ ਸੇਤ ਹੱਥਾਂ ਵਿੱਚ ਮਰੋੜ ਪੈਂਦੇ ਆ ਮੁਠੀਆਂ ਮਿੱਤ ਜਾਂਦੀਆਂ ਮੌਤ ਦੇ ਸਮੇ ਕੰਬਣੀ ਛੱਡ ਜਾਂਦੀ ਆ ਇਹ ਗੰਢ ਖੁੱਲਦੀ ਆ ਆਖਰੀ ਪ੍ਰਾਣ ਨਿਕਲਦੇ ਆ ਤਨ ਦਾ ਰੰਗ ਕਾਲਾ ਹੋ ਜਾਂਦਾ ਖੂਨ ਦਾ ਕਿਉਂਕਿ ਪਾਣੀ ਬਣ ਜਾਂਦਾ ਹੁਣ ਸਾਹਿਬ ਜੀ ਕਹਿੰਦੇ ਭਾਈ ਜੇਹਾ ਬੀਜੈ ਸੋ ਲੁਣਾ ਹੈ ਕਰਮ ਸੰਧੜਾ ਖੇਤ ਜਿਹੋ ਜਾਂ ਕੋਈ ਬੀਜ ਦਾ ਉਹੋ ਜਾਂ ਕੋਈ ਵੱਢ ਲੈਂਦਾ ਹੈ ਇਸ ਕਰਕੇ ਭਾਈ ਜੇ ਬੀਜ ਬੀਜ ਕੇ ਆਪ ਹੀ ਖਾਣੇ ਆ ਤਾਂ ਫਿਰ ਸੋਹਣੇ ਬੀਜ ਬੀਜਣੇ ਚਾਹੀਦੇ ਆ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ ਖੇੜ ਸਾਰੀ ਕਰਮਾਂ ਦੀ ਆ ਬੀਜੇ ਹੋਏ ਬੀਜਾਂ ਦੀ ਆ ਜੋ ਕਜੇ ਬੀਜ ਦਾ ਉਹੀ ਬੰਦਾ ਵੱਢਦਾ ਉਹੀ ਬੰਦਾ ਖਾਂਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਭਾਦੋਂ ਦੇ ਮਹੀਨੇ ਦਾ ਉਪਦੇਸ਼ ਕਰਦੇ ਆ ਫਰਮਾਨ ਕਰਦੇ ਆ ਅਰਦਾਸ ਕਰ ਸਿੱਖਾ ਉਪਰੀਪੂਰਨ ਦੇ ਅੱਗੇ ਚਰਨਾਂ ਦੇ ਵਿੱਚ ਮੈਂ ਸ਼ਰਣਾਗਤ ਹਾਂ ਤੇਰੀ ਸ਼ਰਨ ਦੇ ਵਿੱਚ ਹਾਂ ਮਿਹਰ ਕਰ ਬਖਸ਼ਿਸ਼ ਕਰ ਆਪਣੇ ਗੁਨਾ ਦਾ ਜਹਾਜ਼ ਦੇ ਮੈਂ ਭਵ ਸਾਗਰ ਤੋਂ ਪਾਰ ਹੋਣਾ ਸੇ ਭਾਦੋਂ ਇਹ ਨਰਕ ਨਾ ਪਾਈ ਹੈ ਹੈ ਗੁਰ ਰੱਖਣ ਵਾਲਾ ਹੇਤ ਇਹ ਗੁਰ ਰਖਵਾਲਾ ਹੋਵੇ ਜਿਨ੍ਹਾਂ ਦੇ ਅੰਦਰ ਗੁਰੂ ਦਾ ਪਿਆਰ ਹੋਵੇ ਭਾਦੋਂ ਦੇ ਮਹੀਨੇ ਵਿੱਚ ਉਹ ਨਰਕਾਂ ਚ ਨਹੀਂ ਜਾਂਦੇ ਉਹ ਦੁਖੀ ਨਹੀਂ ਹੁੰਦੇ ਉਹ ਪੀੜਿਤ ਨਹੀਂ ਹੁੰਦੇ ਸਾਰਾ ਮਹੀਨਾ ਉਹਨਾਂ ਲਈ ਆਨੰਦ ਖੁਸ਼ੀਆਂ ਖੇੜਿਆਂ ਭਰਿਆ ਹੋ ਜਾਂਦਾ ਹੈ ਤਾਂ ਇਹ ਗੁਰੂ ਅਰਜਨ ਦੇਵ ਜੀ ਦੀ ਵਿਚਾਰ ਸੀ ਹੁਣ ਆਪਾਂ ਗੁਰੂ ਨਾਨਕ ਦੇਵ ਜੀ ਕੀ ਕਹਿੰਦੇ ਆ ਭਾਦੋਂ ਦੇ ਮਹੀਨੇ ਵਿੱਚ ਉਹਨਾਂ ਦੇ ਬਾਰੇ ਵੀ ਆਪਾਂ ਜਾਣਾਂਗੇ ਇਹ ਗੁਰੂ ਅਰਜਨ ਦੇਵ ਜੀ ਦੀ ਬਾਣੀ ਉਹ ਮਾਜ ਰਾਗ ਦੇ ਵਿੱਚ ਸੀ ਆਪ ਜੀ ਨੇ ਸਰਵਣ ਕੀਤੀ ਹੈ ਹੁਣ 1108 ਅੰਗ ਤੇ ਤੁਖਾਰੀ ਰਾਗ ਦੇ ਵਿੱਚ ਕਿਵੇਂ ਗੁਰੂ ਨਾਨਕ ਦੇਵ ਜੀ ਨੇ ਭਾਦੋਂ ਮਹੀਨੇ ਬਾਰੇ ਕੀ ਕਿਹਾ ਆਓ ਆਪਾਂ ਉਹਦੇ ਬਾਰੇ ਵੀ ਸਰਵਣ ਕਰੀਏ ਜੀ ਭਾਦੋਂ ਭਰਮ ਭੁਲੀ ਭਰ ਜੋਵਨ ਪਛਤਾਣ ਭਾਦੋਂ ਦਾ ਮਹੀਨਾ ਇਹਨੇ ਭਰਮ ਪੈਦਾ ਕਰ ਦਿੱਤਾ ਜਵਾਨੀ ਵਾਕਈ ਭਾਦੋਂ ਦਾ ਮਹੀਨਾ ਹੈ ਤੇ ਭਰਮ ਵਿੱਚ ਹੈ ਕਿਉਂਕਿ ਸਤਿਗੁਰੂ ਜੀ ਕਹਿੰਦੇ ਆ ਭਰ ਜੋਵਨ ਪਛਤਾਣੀ ਪੂਰਾ ਜੋਵਨ ਜਵਾਨੀ ਜਵਾਂ ਅਵਸਥਾ ਦੇ ਵਿੱਚ ਵਸਤੂਆਂ ਜੈਸੀਆਂ ਹੁੰਦੀਆਂ ਤੈਸੀਆਂ ਸਹੀ ਰੂਪ ਦੇ ਵਿੱਚ ਨਹੀਂ ਦਿਖਾਈ ਦਿੰਦੀਆਂ ਚੀਜ਼ ਕੋਈ ਹੋਰ ਆ ਦਿਖਾਈ ਕੁਝ ਹੋਰ ਦਿੱਜ ਜਾਂਦੀ ਆ वैसे ही ਤਾਂ ਇਹ ਗੱਲ ਸਪਸ਼ਟ ਆ ਕਿ ਤਿੰਨ ਅਵਸਥਾਵਾਂ ਨੇ ਬਚਪਨ ਜਵਾਨੀ ਔਰ ਬਿਰਧ ਅਵਸਥਾ ਬੱਚਾ ਜਿਵੇਂ ਚੀਜ਼ਾਂ ਨੂੰ ਵੇਖਦਾ ਜਵਾਨ ਹੋਰ ਤਰ੍ਹਾਂ ਦੇਖੂਗਾ ਜਵਾਨ ਹੋਰ ਤਰ੍ਹਾਂ ਵੇਖ ਰਿਹਾ ਬਜ਼ੁਰਗ ਹੋਰ ਤਰ੍ਹਾਂ ਵੇਖੂ ਚੀਜ਼ ਉਹੀ ਆ ਵੇਖਣ ਵੇਖਣ ਦੇ ਢੰਗ ਵਿੱਚ ਬਹੁਤ ਫਰਕ ਆ ਬਚਪਨ ਵਿੱਚ ਅਗਿਆਨਤਾ ਦਾ ਭਰਮ ਜਵਾਨੀ ਦੇ ਵਿੱਚ ਭਰਮੀ ਭਰਮ ਬੱਚੇ ਕੋਲ ਅਗਿਆਨਤਾ ਹੈ ਉਹਨੂੰ ਨਹੀਂ ਪਤਾ ਵੀ ਕੀ ਚੀਜ਼ ਚੰਗੀ ਆ ਕਿਹੜੀ ਮਾੜੀ ਆ ਉਹਨੂੰ ਬਿਲਕੁਲ ਨਹੀਂ ਪਤਾ ਜਵਾਨ ਨੂੰ ਪਤਾ ਨੌਜਵਾਨ ਨੂੰ ਪਰ ਉਹ ਕਰੀ ਜਾਂਦਾ ਇਸ ਕਰਕੇ ਜਵਾਨਾਂ ਦੇ ਕੋਲ ਬાળા ਭਰਮ ਜਿਹੜੇ ਜਵਾਨੀ ਦੇ ਹੜਾ ਵਿੱਚ ਜਾ ਕੇ ਰੁੱੜ ਜਾਂਦੇ ਆ ਹੰਕਾਰ ਹਉਮੈ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸੁੰਦਰ ਬਚਨ ਹੈ ਫਰੀਦਾ ਉਮਰ ਸੁਹਾਵਣੀ ਸੰਗ ਸਵੰਨੜੀ ਦੇ ਵਿਰਲੇ ਕਈ ਪਾਈਨ ਜਿਨ੍ਹਾਂ ਪਿਆਰੇ ਨੇ ਪਾਪਾ ਫਰੀਦ ਜੀ ਨੂੰ ਸੰਬੋਧਨ ਕਰਕੇ ਲਿਖਦੇ ਆ ਵੀ ਜਵਾਨ ਉਮਰ ਹੋਵੇ ਕਾਂਚਨ ਵਰਗੀ ਕਾਇਆ ਹੋਵੇ ਖੂਬ ਸੂਰਤੀ ਹੋਵੇ ਕੋਈ ਵਿਰਲੇ ਜਵਾਨ ਆ ਜਿਹੜੇ ਅੰਦਰੋਂ ਵੀ ਸੋਹਣੇ ਜਿਹੜੇ ਅੰਦਰੋਂ ਵੀ ਸੋਹਣੇ ਆ ਬਾਹਰੋਂ ਵੀ ਸੋਹਣੇ ਆ ਤਾਂ ਜਵਾਨੀ ਦਾ ਨਾਮ ਸੁਹਾਪਣ ਹੈ ਹੋਰ ਕੋਈ ਖੂਬਸੂਰਤੀ ਨਹੀਂ ਪਰ ਜਵਾਨੀ ਵਿੱਚ ਜਿੰਨਾ ਤਨ ਖੂਬਸੂਰਤ ਹੈ ਮਨ ਉਤਨਾ ਬਦਸੂਰਤ ਹੈ ਇਹ ਤਨ ਦੇ ਤਲ ਤੇ ਬੰਦਾ ਕੁਝ ਹੋਰ ਹੈ ਮਨ ਦੇ ਤਲ ਤੇ ਬੰਦਾ ਕੁਝ ਹੋਰ ਹੈ ਇਹ ਭਾਦੋਂ ਦਾ ਮਹੀਨਾ ਬਣਿਆ ਪਿਆ ਭਾਦੋਂ ਦੇ ਮਹੀਨੇ ਵਰਗਾ ਹੋਇਆ ਪਿਆ ਬੰਦਾ ਮਨ ਕੁਝ ਕਹਿੰਦਾ ਤਨ ਕੁਝ ਕਹਿੰਦਾ ਬਹੁਤ ਭਲੇਖੇ ਹਨ ਇੰਨਾ ਭਰਮਾ ਕਰਕੇ ਪ੍ਰਮਾਤਮਾ ਨਾਲ ਦੂਰੀ ਵੱਧ ਰਹੀ ਹੈ ਜਲ ਥਲ ਨੀਰ ਭਰੇ ਬਰਸਰ ਤੇ ਰੰਗਮਾਨੀ ਭਾਵੇਂ ਬੱਦਲ ਤਾਂ ਵਰਸ ਰਹੇ ਆ ਸਰੋਵਰ ਵੀ ਭਰ ਗਏ ਆ ਧਰਤੀ ਸਰਸ ਗਈ ਆ ਰੁੱਤ ਵੀ ਸੋਹਣੀ ਬਣ ਗਈ ਆ ਪਰ ਕੀਤਾ ਕੀ ਜਾਏ ਜਵਾਨੀ ਦਾ ਭਰਮ ਭਾਵੇਂ ਸਤ ਸੰਗ ਦੇ ਸਰੋਵਰ ਵੀ ਭਰੇ ਹੋਏ ਆ ਗੁਰੂ ਬੱਦਲ ਵੀ ਵਰਦਾ ਪਿਆ ਕੀਰਤਨ ਕਥਾ ਰਾਹੀ ਬਹੁਤ ਕੁਝ ਹੈ ਪਰ ਬੰਦਾ ਇਹਨੂੰ ਆਪਣੀ ਲੋੜ ਨਹੀਂ ਸਮਝਦਾ ਇਹੀ ਕਾਰਨ ਆ ਵੀ ਸਾਧ ਸੰਗਤ ਵਿੱਚ ਵਿਰਧ ਅਵਸਥਾ ਦੇ ਲੋਕ ਹੀ ਜ਼ਿਆਦਾ ਹੁੰਦੇ ਆ ਢਲੀ ਹੋਈ ਉਮਰ ਦੇ ਲੋਕ ਹੁੰਦੇ ਆ ਜਵਾਨ ਬਹੁਤ ਘੱਟ ਤੁਹਾਨੂੰ ਦਿਖਾਈ ਦੇਣਗੇ ਤਾਂ ਐਵੇਂ ਭਾਈ ਵਰਸੈ ਨਸਕਾਲੀ ਕਿਉ ਸੁਖਬਾਲੀ ਦਾਦਰ ਮੂਰਲਵੰਤੇ ਦੂਜਾ ਖਿਆਲ ਇਹੋ ਆ ਵੀ ਕਿਉ ਸੁਖਬਾਲੀ ਬਾਲਕਵਾਰੀ ਕੰਨਿਆ ਵਿਆਹਣ ਯੋਗ ਜੇ ਜੋਵਨ ਤੇ ਪਹੁੰਚ ਗਈ ਆ ਪਰ ਬਾਲੀ ਹੈ ਸੋਹਾਗਣਨੀ ਸ਼ਿੰਗਾਰ ਬੜੇ ਕਰ ਲਵੇ ਸ਼ਿੰਗਾਰ ਤੇ ਸਮਾਂ ਬੜਾ ਲਾ ਦੇਵੇ ਪਰ ਸ਼ਿੰਗਾਰ ਸਾਰੇ ਬੋਝ ਹੀ ਹੋਣਗੇ ਕੁਵਾਰ ਕੰਨਿਆ ਜੈਸੇ ਕਰਤ 시ਗਾਰਾ ਕਿਉਂ ਰਲਿਆ ਮਨ ਬਾਜਪਤਾਰਾ ਕਿਉਂ ਰਲਿਆ ਮਨ ਬਾਜਪਤਾਰਾ ਉਹ ਕੁਵਾਰੀ ਕੁੜੀ ਦਾ ਸ਼ਿੰਗਾਰ ਭਾਈ ਵਿਅਰਥ ਹੈ ਕਿਉਂਕਿ ਜਿਹਦੇ ਲਈ ਸ਼ਿੰਗਾਰ ਹੈ ਉਹ ਤਾਂ ਹੈ ਹੀ ਨਹੀਂ ਮਨੋਕ ਕੋਲ ਧਾਰਮਿਕ ਚੈਨ ਹਨ ਧਾਰਮਿਕ ਕਰਮ ਕਾਂਡ ਹੈ ਪਰ ਪ੍ਰਭੂ ਦਾ ਮਿਲਾਪ ਨਾ ਹੋਵੇ ਰੱਬ ਦੀ ਯਾਦ ਨਾ ਹੋਵੇ ਸਾਰਾ ਸ਼ਿੰਗਾਰ ਬਾਲੀ ਦਾ ਸ਼ਿੰਗਾਰ ਹੈ। ਬਸ ਇਹ ਦਿਖਾਵੇ ਦਾ ਹੀ ਆ। ਸਾਹਿਬ ਜੀ ਆਖਦੇ ਨੇ ਕਾਲੀਆਂ ਘਟਾਵਾਂ ਛਾਈਆਂ ਹੋਈਆਂ ਨੇ। ਮੋਰ ਬੋਲ ਰਹੇ ਨੇ, ਡੱਡੂ ਬੋਲ ਰਹੇ ਨੇ। ਚਾਰੇ ਪਾਸੇ ਤੋਂ ਵਾਤਾਵਰਣ ਸੰਗੀਤਮਈ ਬਣਿਆ ਹੋਇਆ ਪਰ ਉਹ ਬਾਲੀ ਨੂੰ ਇਸਤਰੀ ਨੂੰ ਜੀਵ ਆਤਮਾ ਨੂੰ ਸੁੱਖ ਕਿੱਥੇ ਪਾਈ? ਮੱਛਰ ਡੰਗ ਸਾਇਰ ਪਰ ਸੋ ਪਰ ਬਿਨ ਹਰ ਕਿਉਂ ਸੁਖ ਪਾਈਏ ਮਾੜੇ ਖਿਆਲਾਂ ਦੇ ਮੱਛਰੇ ਨੂੰ ਵਾਰ-ਵਾਰ ਕੱਟਦੇ ਆ ਭਾਵੇਂ ਸਭ ਕੁਝ ਆਲੇ-ਦੁਆਲੇ ਚੰਗਾ ਵਾਤਾਵਰਨ ਹੈ ਪਰ ਜਵਾਨੀ ਤਾਂ ਭਰਮਾਂ ਵਿੱਚ ਲੈ ਜਾਂਦੀ ਬੰਦੇ ਨੂੰ ਤੇ ਇਹ ਤੋਂ ਬਿਨਾ ਨਾਮ ਤੋਂ ਬਿਨਾ ਭਾਈ ਦੁਨੀਆ ਕਮਲੀ ਹੋਈ ਫਿਰਦੀ ਆ ਸੁਖ ਨਹੀਂ ਹੋ ਸਕਦਾ ਨਾਨਕ ਪੂਰ ਚਲੋ ਗੁਰੇ ਆਪਣੇ ਜੈ ਪ੍ਰਭ ਤੈਹੀ ਜਾਈਏ ਮੈਂ ਆਪਣੇ ਗੁਰੂ ਕੋਲੋਂ ਪੁੱਛਦਾ ਹਾਂ ਗੁਰਦੇਵ ਜੀ ਮੇਰੇ ਤੇ ਰਹਿਮਤ ਕਰ ਮੇਰੇ ਤੇ ਬਖਸ਼ਿਸ਼ ਕਰ ਜਿੱਧਰ ਪ੍ਰਭੂ ਹੈ ਮੈਂ ਉਸ ਪਾਸੇ ਚੱਲਾ ਜਾਵਾਂਗਾ ਜਿੱਧਰ ਪ੍ਰਮਾਤਮਾ ਹੈ ਮੇਰੇ ਕਦਮ ਉਸ ਪਾਸੇ ਚੱਲਣਗੇ ਤਾਂ ਕਿ ਭਾਦੋਂ ਦਾ ਮਹੀਨਾ ਸੁਹਾਵਣਾ ਹੋ ਜਾਏ ਜਵਾਨੀ ਸੋਹਣੀ ਹੋ ਜਾਵੇ ਸੁਹਾਵਣੀ ਹੋ ਜਾਵੇ ਅੰਦਰ ਪ੍ਰੇਮ ਦੀ ਵਰਤੀ ਪੈਦਾ ਹੋਵੇ ਭਾਦੋਂ ਦੇ ਮਹੀਨੇ ਦਾ ਤੁਖਾਰੀ ਰਾਗ ਤੇ 12 ਮਹਾਰਾਣੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦਾ ਹੀ ਮਹਾਨ ਉਪਦੇਸ਼ ਤੇ ਸੰਦੇਸ਼ ਹੈ ਸੋ ਗੁਰੂ ਪਿਆਰਿਓ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ ਹੈ ਭਾਦੋਂ ਦੇ ਮਹੀਨੇ ਦੀ ਅੱਜ ਸ਼ੁਰੂਆਤ ਹੋਈ ਹੈ ਜੀ ਗੁਰੂ ਸਾਹਿਬ ਜੀ ਕਿਰਪਾ ਕਰਨ ਹੁਣ ਜੇ ਭਾਦੋਂ ਦਾ ਮਹੀਨਾ ਅੱਜ ਚੜ੍ਹਿਆ ਹੈ ਆਪਣੇ ਆਪ ਦੇ ਨਾਲ ਵਾਅਦਾ ਕਰੀਏ ਆਪਣੇ ਆਪ ਨੂੰ ਪੁੱਛੀਏ ਪਿੱਛੇ ਜਿੰਨੇ ਮਹੀਨੇ ਸਾਲ ਗੁਜ਼ਰੇ ਹਨ ਉਹਨਾਂ ਵਿੱਚ ਸੀ ਪ੍ਰਮਾਤਮਾ ਨੂੰ ਭੁੱਲੇ ਬੈਠੇ ਸੀ ਪਰ ਹੁਣ ਆਹੀ ਸਮਾਂ ਮਨੁੱਖਾ ਜਨਮ ਵਾਰ-ਵਾਰ ਬੰਦੇ ਨੂੰ ਨਹੀਂ ਮਿਲਦਾ ਜਿਹਦੇ ਕਰਕੇ ਸਾਨੂੰ ਅੱਜ ਤੋਂ ਹੀ ਹੁਣੇ ਤੋਂ ਹੀ ਬਾਕੀ ਕਰਮ ਛੱਡ ਕੇ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਜੁੜਨਾ ਚਾਹੀਦਾ ਜੇ ਅਸੀਂ ਅਜੇ ਹਾ ਨਹੀਂ ਕਰਾਂਗੇ ਸਾਡਾ ਭਵਿੱਖ ਵਿਗੜ ਜਾਵੇਗਾ ਸਾਡੇ ਭਵਿੱਖ ਵਿੱਚ ਬਹੁਤ ਸਮੱਸਿਆਵਾਂ ਪੈਦਾ ਹੋਣਗੀਆਂ ਤਾਂ ਇਹ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ ਵੀ ਭਾਦੋਂ ਦੇ ਮਹੀਨੇ ਨੂੰ ਬਹੁਤ ਸੁੰਦਰ ਰੂਪ ਦੇ ਵਿੱਚ ਪੇਸ਼ ਕੀਤਾ ਭਾਦੋਏ ਦੋ ਪਾ ਕਦੇ ਬੰਦਾ ਗਰਮ ਕਦੇ ਬੰਦਾ ਠੰਡਾ ਕਦੇ ਬੰਦਾ ਬਹੁਤ ਤੇਜ ਕਦੇ ਬੰਦਾ ਬਹੁਤ ਹੀ ਸਹਿਜ ਅਵਸਥਾ ਵਿੱਚ ਚੱਲਦਾ ਮਨ ਬੰਦੇ ਦਾ ਵੱਡਾ ਛੋਟਾ ਹੁੰਦਾ ਰਹਿੰਦਾ ਜਿਦੇ ਕਰਕੇ ਚੀਜ਼ਾਂ ਵੀ ਬੋਲ ਵੀ ਵੱਡੇ ਛੋਟੇ ਬੰਦੇ ਦੇ ਹੋ ਜਾਂਦੇ ਆ ਤਾਂ ਇਹ ਭਾਈ ਅੱਜ ਸ਼ੁਰੂਆਤ ਹੋਈ ਹੈ ਭਾਦੋਂ ਦੇ ਮਹੀਨੇ ਦੀ ਭਾਦੋਂ ਦਾ ਮਹੀਨਾ ਸਾਰੀ ਸੰਗਤ ਲਈ ਸੁਹਾਵਣਾ ਖੁਸ਼ੀਆਂ ਖੇੜਿਆਂ ਦੇ ਨਾਲ ਭਰਿਆ ਹੋਵੇ ਇਹੀ ਅਸੀਂ ਅਰਦਾਸ ਕਰਦੇ ਹਾਂ ਤੇ ਪੰਜਾਬ ਦੇ ਉੱਪਰ ਮਹਾਰਾਜ ਮੇਰ ਭਰਿਆ ਹੱਥ ਰੱਖਣ ਅਤੇ ਜੋ ਨੌਜਵਾਨ ਨਸ਼ਿਆਂ ਦੇ ਵੱਲ ਜਾ ਰਹੇ ਆ ਉਹਨਾਂ ਨੂੰ ਭਾਈ ਛੱਡ ਕੇ ਮਾਗ ਦਾ ਮਹੀਨਾ ਜਦੋਂ ਹੁੰਦਾ ਉਹਨੋਂ ਕੋਈ ਸੰਗਤਾਂ ਸੇਵਾ ਕਰਦੀਆਂ ਭਾਈ ਹਰ ਮਹੀਨਾ ਹੀ ਸੇਵਾ ਵਾਲਾ ਹੁੰਦਾ ਤੁਸੀਂ ਫਿਰ ਇਹ ਜਾਣੋ ਵੀ ਇਹ ਅਸੀਂ ਸੇਵਾ ਕਰਨੀ ਹੀ ਕਰਨੀ ਗੁਰੂ ਦੀ ਐਵੇਂ ਮਨ ਵਿੱਚ ਧਾਰੋ ਜੇ ਕੋਈ ਐਬ ਆ ਉਹਨੂੰ ਛੱਡੋ ਥੋੜਾ ਥੋੜਾ ਕਰਕੇ ਘਟਾਓ ਇਕਦਮ ਤਾਂ ਨਹੀਂ ਛੱਡਿਆ ਜਾਣਾ ਘਟਾਓ ਤੇ ਉਹਨੂੰ ਬਿਲਕੁਲ ਬੰਦ ਕਰ ਦਿਓ ਫੇਰ ਦੇਖਿਓ ਮਹਾਰਾਜ ਸੱਚੇ ਪਾਤਸ਼ਾਹ ਕਿੰਨੀ ਕਿਰਪਾ ਕਰ ਦਿੰਦੇ ਆ ਭਾਦੋਂ ਦਾ ਮਹੀਨਾ ਆਇਆ ਹੈ ਸਰਬੱਤ ਸੰਗਤਾਂ ਨੂੰ ਮਹਾਰਾਜ ਸਿੱਖੀ ਬਖਸ਼ਣ ਫਸਲ ਬਾੜੀ ਤੇ ਕਿਰਪਾ ਕਰਨ ਬੱਚਿਆਂ ਨੂੰ ਵਿੱਦਿਆ ਦਾ ਦਾਣ ਬਖਸ਼ਣ ਸੰਗਤ ਜੀ ਕੋਲ ਗੱਲਾਂ ਹਨ ਜ਼ਰੂਰੀ ਜੇ ਤੁਸੀਂ ਜ਼ਿੰਦਗੀ ਵਿੱਚ ਕਮਾ ਲਈਆਂ ਹੋਰ ਵੀ ਸੌਖੀ ਹੋ ਜਾਏਗੀ ਜ਼ਿੰਦਗੀ ਸਭ ਤੋਂ ਪਹਿਲਾਂ ਤਾਂ ਅੰਮ੍ਰਿਤ ਵੇਲੇ ਉੱਠੋ ਆਪਦੇ ਆਪ ਨਾਲ ਵਾਅਦਾ ਕਰੋ ਦੂਜਿਆਂ ਨੂੰ ਵੀ ਉਠਾਓ ਪਰਿਵਾਰ ਦੇ ਜੀਆਂ ਨੂੰ ਵੀ ਜਗਾਓ ਫੇਰ ਇਸ਼ਨਾਨ ਕਰਕੇ ਸੁੰਦਰ ਕੱਪੜੇ ਪਾ ਕੇ ਬਾਣੀ ਪੜੋ ਬਾਣੀ ਪੜਨ ਤੋਂ ਬਾਅਦ ਜਿਹੜੀ ਘਰ ਦੀ ਸਾਫ ਸਫਾਈ ਕਰਨੀ ਆ ਉਹਦੇ ਵਿੱਚ ਜਿੱਥੇ ਗੁਰਦੁਆਰਾ ਸਾਹਿਬ ਤੋਂ ਆਪਾਂ ਲਿਆ ਕੇ ਗੁਟਕਾ ਸਾਹਿਬ ਪੋਥੀ ਸਾਹਿਬ ਰੱਖਿਆ ਹੋਇਆ ਘਰ ਦੇ ਵਿੱਚ ਉਹ ਜਗ੍ਹਾ ਦੀ ਪਹਿਲਾਂ ਸਭ ਤੋਂ ਸਫਾਈ ਕਰਨੀ ਆ ਤੂਪ ਲਾਓ ਜੋਤ ਲਾਓ ਮਾਲਕ ਅੱਗੇ ਅਰਦਾਸ ਕਰੋ ਗੁਰੂ ਸਾਹਿਬ ਬਹੁਤ ਕਿਰਪਾ ਕਰ ਦੇਣਗੇ ਇੰਨੀ ਕਿਰਪਾ ਹੋ ਜਾਵੇਗੀ ਜੋ ਆਪ ਜੀ ਨੇ ਸੋਚਿਆ ਸਮਝਿਆ ਵੀ ਨਹੀਂ ਹੋਵੇਗਾ ਸੋ ਇਹ ਆਪ ਜੀ ਦੇ ਅੱਗੇ ਬੇਨਤੀ ਆ ਭਾਈ ਇਹ ਜਿਹਨੇ ਜਿਹਨੇ ਵੀ ਚੀਜ਼ਾਂ ਕੀਤੀਆਂ ਉਹਦੀ ਚੜ੍ਹਦੀ ਕਲਾ ਹੀ ਹੋ ਗਈ ਆ ਤਾਂ ਭਾਦੋਏ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ ਲੱਖ 시ਗਾਰ ਬਨਾਇਆ ਕਾਰਜ ਨਾਹੀਂ ਕੀਤ ਇਸ ਕਰਕੇ ਸਰਬੱਤ ਜੀਆਂ ਦਾ ਭਲਾ ਹੋਵੇ ਆਪ ਜੀ ਨੇ ਬੜੇ ਪਿਆਰ ਦੇ ਨਾਲ 8 ਮਹੀਨੇ ਦੀ ਵਿਚਾਰ ਗੁਰੂ ਅਰਜਨ ਦੇਵ ਜੀ ਦੇ ਮੱਖ ਤੋਂ ਜਿਹੜੀ ਉਚਾਰੀ ਬਾਣੀ ਹੈ ਮਾਜ ਰਾਗ ਦੇ ਵਿੱਚ 12 ਵਾ ਤੇ ਤੁਖਾਰੀ ਰਾਗ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਦੋਨਾਂ ਦੇ ਅਰਥ ਹੀ ਆਪ ਜੀ ਨੇ ਸਰਬਣ ਕੀਤੇ ਆ ਧੰਨਤਾ ਦੇ ਯੋਗ ਹੋ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ ਲੈਣ ਪੌਲ ਚੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ